ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਕਿੰਗਸ ਮੀਡੀਆ, ਮੈਂ ਸੰਦੇਹ ਰਣਵੀਰ। ਇਹ ਵਾਰਸ ਵਘੇਲ ਸਿੰਘ ਦੇ ਝੰਡੇ ਕੇਸਰੀ ਚਲਾਉਂਦੇ ਰਹਿਣਗੇ, ਤੁਹਾਡੇ ਵੈਰੀਗੇਟ ਭੰਨ ਭੰਨ ਕੇ ਸਿੰਘ ਦਿੱਲੀ ਆਉਂਦੇ ਰਹਿਣਗੇ। 26 ਜਨਵਰੀ ਨੂੰ ਵੈਰੀਗੇਟ ਵੀ ਭੰਨੇ ਸੀ, ਦਿੱਲੀ ਦੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਵੀ ਲਹਿਰਾਇਆ ਸੀ। ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅੱਜ 11 ਮਾਰਚ 2021 ਹੈ, ਗੱਲ ਕਰਾਂਗੇ ਸਿੱਖ ਇਤਿਹਾਸ ਦੀ। ਜਦੋਂ 11 ਮਾਰਚ 1783 ਨੂੰ ਸਿੱਖਾਂ ਦੀਆਂ ਫੌਜਾਂ ਦਿੱਲੀ ਦੀ ਫਤਿਹ ਕਰਦੀਆਂ ਨੇ, ਉਸ ਸਮੇਂ ਪੰਜਾਬ ਦੇ ਵਿੱਚ 12 ਸਿੱਖ ਮਿਸਲਾਂ ਸੀ ਰਾਜ ਕਰਦੀਆਂ ਸੀ। ਉਹਨਾਂ ਸਿੱਖ ਮਿਸਲਾਂ ਦੇ ਅੰਡਰ ਜਿਹੜੇ ਲੋਕ ਸੀ ਜਾਂ ਸਿੱਖ ਸੀ, ਉਹਨਾਂ ਦੇ ਆਗੂ ਸੀ, ਉਹ ਰਾਜ ਕਰਦੇ ਸੀ। ਤਾਂ ਉਸ ਸਮੇਂ 3 ਮਿਸਲਾਂ, ਕਰੋੜ ਸਿੰਘਿਆ ਮਿਸਲ, ਰਾਮਗੜੀਆ ਮਿਸਲ, ਆਲੂ ਵਾਲੀਆ ਮਿਸਲ। ਕਰੋੜ ਸਿੰਘਿਆ ਮਿਸਲ ਦੀ ਗੱਲ ਕਰੀਏ ਤਾਂ ਉਸਦੇ ਜਿਹੜੇ ਆਗੂ ਸੀ ਉਹ ਕਰੋੜਾ ਸਿੰਘ ਸੀ। ਉਹਨਾਂ ਦੀ ਮੌਤ ਤੋਂ ਬਾਅਦ, ਉਹਨਾਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਵਘੇਲ ਸਿੰਘ ਇਸ ਮਿਸਲ ਦੇ ਆਗੂ ਬਣ ਗਏ, ਜਿਹੜੇ ਪਿੰਡ ਚਬਾਲ ਤਰਨ ਤਾਰਨ ਤੋਂ ਬਿਲੋਂਗ ਕਰਦੇ ਸੀ। ਤਾਂ ਉਹਨਾਂ ਦਾ ਜਿਹੜਾ ਰਾਜ ਸੀ ਉਹ ਜਲੰਧਰ ਹੁਸ਼ਿਆਰਪੁਰ ਦੇ ਏਰੀਏ ਵਿੱਚ ਸੀ। ਤਾਂ ਬਾਅਦ ਵਿੱਚ ਉਹਨਾਂ ਨੇ ਆਪਣੇ ਰਾਜ ਨੂੰ ਕਰਨਾਲ ਜ਼ਿਲ੍ਹੇ ਤੱਕ ਸਥਾਪਿਤ ਕਰ ਦਿੱਤਾ। ਤਾਂ ਜਦੋਂ 1783 ਵਿੱਚ ਦਿੱਲੀ ਵਿੱਚ ਜਿਹੜਾ ਦਿੱਲੀ ਦਾ ਸ਼ਾਸਕ ਸੀ ਉਹ ਸ਼ਾਹ ਆਲਮ ਸੀ, ਉਸ ਸਮੇਂ ਮਰਾਠਿਆਂ ਨੇ ਦਿੱਲੀ ਦੇ ਉੱਤੇ ਧਾਵਾ ਬੋਲਿਆ ਅਤੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। ਜਿਹੜਾ ਸ਼ਾਹ ਆਲਮ ਸੀ ਬੜੇ ਕਮਜ਼ੋਰ ਸੀ, ਤਾਂ ਕਹਿ ਸਕਦੇ ਹਾਂ ਕਿ ਕਮਜ਼ੋਰ ਸ਼ਾਸਕ ਸੀ, ਤਾਂ ਦਿੱਲੀ ਦੇ ਲਾਲ ਕਿਲ੍ਹੇ ਨੂੰ ਛੱਡ ਕੇ ਚਲਾ ਗਿਆ। ਤਾਂ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਮਰਾਠਿਆਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ, ਤਾਂ ਅੰਗਰੇਜ਼ਾਂ ਨੇ ਵੀ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ। ਤਾਂ ਇਹ ਸੁਣ ਕੇ ਸ਼ਾਹ ਆਲਮ ਜਿਹੜਾ ਸੀ ਬੜੀ ਚਿੰਤਾ ਵਿੱਚ ਆ ਗਿਆ। ਤਾਂ ਉਸਦੇ ਜਿਹੜੇ ਸਲਾਹਕਾਰ ਸੀ ਉਹਨਾਂ ਨੇ ਸਲਾਹ ਦਿੱਤੀ ਕਿ ਤੁਸੀਂ ਸਿੱਖਾਂ ਦੇ ਨਾਲ ਜਿਹੜਾ ਹੈ ਗੱਲਬਾਤ ਕਰੋ। ਤਾਂ ਸ਼ਾਹ ਆਲਮ ਨੇ ਆਪਣੇ ਕੁਛ ਬੰਦੇ ਭੇਜ ਕੇ ਬਾਬਾ ਵਘੇਲ ਸਿੰਘ ਤੱਕ ਸੰਪਰਕ ਕੀਤਾ ਅਤੇ ਕਿਹਾ ਕਿ ਤੁਸੀਂ ਦਿੱਲੀ ਵੱਲ ਆਓ ਅਤੇ ਸਾਡਾ ਬਚਾਅ ਕਰਵਾਓ। ਤਾਂ ਬਾਬਾ ਵਘੇਲ ਸਿੰਘ ਨੇ ਜੱਸਾ ਸਿੰਘ ਰਾਮਗੜੀਆ ਅਤੇ ਜੱਸਾ ਸਿੰਘ ਆਲੂ ਵਾਲਿਆਂ ਨੂੰ ਇੱਕ ਪੱਤਰ ਭੇਜਿਆ ਅਤੇ ਦਿੱਲੀ ਵੱਲ ਚੱਲਣ ਦਾ ਐਲਾਨ ਕਰ ਦਿੱਤਾ। ਤਾਂ ਜਦੋਂ ਬਾਬਾ ਵਘੇਲ ਸਿੰਘ ਦੀ ਫੌਜ ਸੀ ਜਿਹੜੀ ਦਿੱਲੀ ਵੱਲ ਚੱਲਣੀ ਸ਼ੁਰੂ ਹੋ ਗਈ, ਤਾਂ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਿੱਛੇ ਪੈਰ ਪੁੱਟ ਲਿਆ। ਕਹਿ ਸਕਦੇ ਹਾਂ ਕਿ ਬਾਬਾ ਵਘੇਲ ਸਿੰਘ ਅਤੇ ਸਿੱਖ ਫੌਜਾਂ ਤੋਂ ਡਰ ਕੇ ਜਿਹੜੀ ਅੰਗਰੇਜ਼ ਫੌਜ ਆ ਉਹ ਪਿੱਛੇ ਹਟ ਗਈ। ਜਦੋਂ ਸ਼ਾਹ ਆਲਮ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਇੱਕ ਪੱਤਰ ਭੇਜਿਆ ਬਾਬਾ ਵਘੇਲ ਸਿੰਘ ਨੂੰ ਕਿ ਤੁਸੀਂ ਵਾਪਸ ਮੁੜ ਜਾਓ। ਤਾਂ ਉਸ ਸਮੇਂ ਜਿਹੜੀਆਂ ਫੌਜਾਂ ਸੀ ਉਹ ਕਰਨਾਲ ਵਿਖੇ ਪਹੁੰਚ ਚੁੱਕੀਆਂ ਸੀ। ਤਾਂ ਉਸ ਸਮੇਂ ਬਾਬਾ ਵਘੇਲ ਸਿੰਘ ਨੇ ਦੁਬਾਰਾ ਸ਼ਾਹ ਆਲਮ ਨੂੰ ਇੱਕ ਪੱਤਰ ਭੇਜਿਆ ਕਿ ਸਾਡਾ ਜੋ ਖਰਚਾ ਬਣਦਾ ਹੈ, ਸਾਡੀਆਂ ਫੌਜਾਂ ਦਾ ਜੋ ਖਰਚਾ ਬਣਦਾ ਹੈ ਉਹ ਸਾਨੂੰ ਭੇਜ ਦੇਵੋ ਅਤੇ ਅਸੀਂ ਵਾਪਸ ਮੁੜ ਜਾਵਾਂਗੇ। ਪਰ ਸ਼ਾਹ ਆਲਮ ਨੇ ਇਸ ਗੱਲ ਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ। ਤਾਂ ਉਸ ਤੋਂ ਬਾਅਦ ਬਾਬਾ ਵਘੇਲ ਸਿੰਘ ਦੀਆਂ ਫੌਜਾਂ ਸੀ ਜਿਹੜੀਆਂ ਉਹ ਦਿੱਲੀ ਵਿਖੇ ਮਜਨੂੰ ਦਾ ਟਿੱਲਾ ਵਿਖੇ ਪਹੁੰਚ ਗਈਆਂ। ਉੱਥੇ ਪਹੁੰਚ ਕੇ ਇੱਕ ਫੇਰ ਪੱਤਰ ਸੀ ਜਿਹੜਾ ਉਹ ਸ਼ਾਹ ਆਲਮ ਨੂੰ ਭੇਜਿਆ ਕਿ ਜਿਹੜਾ ਸਾਡਾ ਬਣਦਾ ਖਰਚਾ ਹੈ ਉਹ ਸਾਨੂੰ ਦੇ ਦੇਵੋ ਅਤੇ ਅਸੀਂ ਵਾਪਸ ਮੁੜ ਜਾਵਾਂਗੇ। ਪਰ ਸ਼ਾਹ ਆਲਮ ਨੇ ਆਪਣੀਆਂ ਫੌਜਾਂ ਨੂੰ ਸੁਨੇਹਾ ਦਿੱਤਾ ਕਿ ਤੁਸੀਂ ਜਿਹੜੇ ਆ ਦਿੱਲੀ ਦੀ ਘੇਰਾਬੰਦੀ ਕਰ ਦਿਉ, ਸਾਰੇ ਰਸਤੇ ਬੰਦ ਕਰ ਦਿਉ। ਤਾਂ ਸਿੱਖਾਂ ਨੇ ਇੱਕ ਰਾਹ ਅਪਣਾਇਆ ਕਿ ਇੱਕ ਮੋਰੀ ਇੱਕ ਕੰਧ ਦੇ ਵਿੱਚ ਪਾੜ ਲਾ ਲਓ। ਤਾਂ ਉਹਨਾਂ ਨੇ ਇੱਕ ਪਾੜ ਦੇ ਰਾਹੀਂ ਕੰਧ ਦੇ ਵਿੱਚ ਲਾ ਕੇ ਦਿੱਲੀ ਦੇ ਵਿੱਚ ਐਂਟਰੀ ਕੀਤੀ। ਜਿਸ ਜਗ੍ਹਾ ਦਿੱਲੀ ਦੇ ਵਿੱਚ ਐਂਟਰੀ ਕੀਤੀ ਉਹ 30,000 ਫੌਜ ਸੀ ਉਸ ਸਮੇਂ ਜਿਨ੍ਹਾਂ ਨੇ ਉਹ ਐਂਟਰੀ ਕੀਤੀ। ਤਾਂ ਉੱਥੇ ਅੱਜ ਦਿੱਲੀ ਦੇ ਵਿੱਚ 30,000 ਹੀ ਕੋਟ ਹੈ। ਤਾਂ ਜਿਹੜਾ ਉਹ ਗੇਟ ਸੀ ਜਿਸ ਦੇ ਰਾਹੀਂ ਐਂਟਰੀ ਕੀਤੀ ਸੀ, ਤਾਂ ਉਹਨੂੰ ਇਸ ਸਮੇਂ ਮੋਰੀ ਗੇਟ ਕਿਹਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਦਿੱਲੀ ਨੂੰ ਫਤਿਹ ਕਰ ਲਿਆ ਸਿੱਖਾਂ ਨੇ ਅਤੇ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਨਿਸ਼ਾਨ ਸਾਹਿਬ ਚਲਾਇਆ ਗਿਆ ਜਿਹੜਾ ਕਿ ਨੀਲੇ ਰੰਗ ਦਾ ਸੀ। ਉਸ ਤੋਂ ਬਾਅਦ ਤਾਂ ਜਿਹੜੀਆਂ ਸਿੱਖਾਂ ਦੀਆਂ ਫੌਜਾਂ ਸੀ ਦਿੱਲੀ ਦੇ ਵਿੱਚ ਰਾਜ ਕਰ ਰਹੀਆਂ ਸੀ, ਬਾਬਾ ਵਘੇਲ ਸਿੰਘ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂ ਵਾਲੀਆ। ਤਾਂ ਬਾਬਾ ਵਘੇਲ ਸਿੰਘ ਨੇ ਨਿਰਣਾ ਲਿਆ ਕਿ ਜੱਸਾ ਸਿੰਘ ਆਲੂ ਵਾਲੀਆਂ ਨੇ ਉਹ ਦਿੱਲੀ ਦੇ ਤਖ਼ਤ 'ਤੇ ਬੈਠਣਗੇ। ਪਰ ਜੱਸਾ ਸਿੰਘ ਰਾਮਗੜੀਆ ਨੇ ਇਤਰਾਜ਼ ਜਤਾਇਆ ਕਿ ਇਹ ਜਿਹੜਾ ਤਖ਼ਤ ਹੈ ਇਹਦੇ 'ਤੇ ਅਸੀਂ ਨਹੀਂ ਬੈਠਣਾ, ਇਹਦੇ 'ਤੇ ਕੋਈ ਮਨੁੱਖੀ ਦੇ ਨਹੀਂ ਬੈਠੇਗੀ, ਇਹ ਆ ਜਿਹੜੇ ਇਹ ਕਾਲ ਪੁਰਖ ਦਾ ਹੈ। ਤਾਂ ਫੈਸਲਾ ਲਿਆ ਗਿਆ ਕਿ ਉਸ ਦਿੱਲੀ ਦੇ ਤਖ਼ਤ 'ਤੇ ਕੋਈ ਨਹੀਂ ਬੈਠੇਗਾ। ਤਾਂ ਇੱਕ ਜਿਹੜੀਆਂ ਦਿੱਲੀ ਦੇ ਤਖ਼ਤ ਦੀਆਂ ਸਿੱਲਾਂ ਸੀ ਉਹਨਾਂ ਨੂੰ ਪੁੱਟ ਕੇ, ਜਿਸ ਦੇ ਉੱਪਰ ਬੈਠ ਕੇ ਔਰੰਗਜ਼ੇਬ ਤੱਕ ਦੇ ਸ਼ਾਸਕ ਸੀ ਜਿਹੜੇ ਉਹ ਫੈਸਲਾ ਸੁਣਾਇਆ ਕਰਦੇ ਸੀ, ਜੱਸਾ ਸਿੰਘ ਰਾਮਗੜੀਆ ਦੀ ਫੌਜ ਦੇ ਨਾਲ
ਤੇ ਕੁਝ ਹੋਰ ਤੋਪਾਂ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਭੇਜ ਦਿੱਤੇ ਗਏ, ਜੋ ਕਿ ਅੱਜ ਰਾਮਗੜੀਆ ਬੁੰਗਾ ਅੰਮ੍ਰਿਤਸਰ ਵਿਖੇ ਮੌਜੂਦ ਨੇ। ਤਾਂ ਕਹਿ ਸਕਦੇ ਹਾਂ ਕਿ ਦਿੱਲੀ ਸਿੱਖਾਂ ਨੇ ਦਿੱਲੀ ਨੂੰ ਉਸ ਸਮੇਂ ਫਤਿਹ ਕੀਤਾ ਸੀ। ਤਾਂ ਉਸ ਤੋਂ ਬਾਅਦ ਸ਼ਾਹ ਆਲਮ ਦੇ ਨਾਲ ਇੱਕ ਸ਼ਾਹ ਆਲਮ ਨੇ ਸਿੱਖਾਂ ਦੇ ਨਾਲ ਜਿਹੜਾ ਟੱਕਰਾ ਲੈਣ ਦਾ ਫੈਸਲਾ ਨਾ ਕੀਤਾ, ਉਹਨਾਂ ਨਾਲ ਜੰਗ ਲੜਨ ਦਾ ਐਲਾਨ ਨਾ ਕੀਤਾ। ਉਸ ਨੇ ਸਮਝੌਤਾ ਕਰਨ ਦੀ ਸੋਚੀ। ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਮਝੌਤੀ ਹੋਈ ਸ਼ਾਹ ਆਲਮ ਅਤੇ ਸਿੱਖ ਫੌਜਾਂ ਦੇ ਵਿੱਚ, ਤਾਂ ਉਸ ਸੰਧੀ ਦੇ ਵਿੱਚ ਇਹ ਸੀ ਕਿ ਜੋ ਦਿੱਲੀ ਦੇ ਵਿੱਚ ਨੇ ਜਿੱਥੇ ਸਿੱਖਾਂ ਦੇ ਗੁਰਦੁਆਰੇ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਉੱਥੇ ਸਿੱਖ ਗੁਰਦੁਆਰੇ ਬਣਾਏ ਜਾਣ। ਇੱਕ ਸਿੱਖ 300,000 ਜੁਰਮਾਨਾ ਆ ਉਹ ਸ਼ਾਹ ਆਲਮ ਨੂੰ ਮੁਗਲ ਸ਼ਾਸਕਾਂ ਨੂੰ ਸਿੱਖਾਂ ਨੂੰ ਦੇਣਾ ਪਵੇਗਾ ਫੌਜ ਦੇ ਜੁਰਮਾਨੇ ਪੱਖੋਂ। ਤਾਂ ਸੋਚਣ ਵਾਲੀ ਗੱਲ ਇਹ ਆ ਕਿ ਉਸ 11 ਮਾਰਚ 1783 ਦੀ ਘਟਨਾ ਨੂੰ ਜਾਂ ਦਿੱਲੀ ਫਤਿਹ ਨੂੰ ਅੱਜ ਇੱਕ ਫਖਰ ਦੇ ਨਾਲ ਯਾਦ ਕੀਤਾ ਜਾਂਦਾ। ਇਤਿਹਾਸ ਦੇ ਵਿੱਚ ਉਸ ਦਿਨ ਦੀ ਇੱਕ ਵੱਖਰੀ ਮਹੱਤਤਾ ਹੈ ਕਿ 26 ਜਨਵਰੀ 2021 ਨੂੰ ਜੋ ਕੁਛ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹੋਇਆ, ਝੰਡਾ ਝੁਲਾਇਆ ਗਿਆ, ਕਿਸ ਦਿਨ ਦੀ ਆਉਣ ਵਾਲੇ ਸਮੇਂ ਵਿੱਚ ਕੀ ਮਹੱਤਤਾ ਰਹੇਗੀ, ਇਸ ਚੀਜ਼ ਨੂੰ ਲੋਕ ਆ ਪੋਜ਼ਿਟਿਵ ਵੇ ਨਾਲ ਦੇਖਣਗੇ ਜਾਂ ਨੈਗੇਟਿਵ ਵੇ ਨਾਲ ਦੇਖਣਗੇ, ਇਸ ਚੀਜ਼ ਤੋਂ ਫਖਰ ਮਹਿਸੂਸ ਕਰਨਗੇ ਜਾਂ ਇਸ ਚੀਜ਼ ਨੂੰ ਵੇਖਣਗੇ ਕਿ ਕਿਸਾਨ ਅੰਦੋਲਨ ਸੀ ਜਿਸ ਮੂਵਮੈਂਟ ਵਿੱਚੋਂ ਇਹ ਚੀਜ਼ ਵਾਪਰੀ ਸੀ, ਵੀ ਉਸ ਚੀਜ਼ ਦਾ ਕੀ ਅਸਰ ਹੁੰਦਾ। ਤਾਂ ਕਹਿ ਸਕਦੇ ਹਾਂ ਕਿ ਸਮੇਂ ਸਮੇਂ ਨਾਲ ਆ ਜਿਹੜੀਆਂ ਚੀਜ਼ਾਂ ਅਤੇ ਜਿਹੜੀ ਸੋਚਣ ਸ਼ਕਤੀ ਹੈ ਉਹ ਬਦਲਦੀ ਰਹਿੰਦੀ ਹੈ।